ਜਿਵੇਂ ਹੈਡਿੰਗ ਹੈ ਕਿ 100 ਮਣ ਦੇ ਲਗਭਗ ਝਾੜ ਲੈਣ ਵਾਸਤੇ PR 126 ਦੀ ਪਨੀਰੀ ਕਦੋਂ ਬੀਜੀਏ ਅਤੇ 131 ਝੋਨਾ ਕਦੋਂ ਲਾਈਏ, ਇਹਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿੱਲ, ਮਨੁੱਖਾ ਜੀ ਫਤਿਹ ਸਾਹਿਬ ਪੁਨੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਡਾਕਟਰ ਬੂਟਾ ਸਿੰਘ ਜੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਨੇ, ਹਮੇਸ਼ਾ ਫੋਨ 'ਤੇ ਵੀ ਅਵੇਲੇਬਲ ਰਹਿੰਦੇ ਹੈ ਅਤੇ ਸਹੀ ਜਾਣਕਾਰੀ ਵੀ ਦਿੰਦੇ ਹੈ। ਤਾਂ ਇਹਨਾਂ ਨੇ ਇੱਕ 3 ਸਾਲ ਦਾ ਤਜਰਬਾ ਕੀਤਾ, 3 ਸਾਲ ਦਾ ਤਜਰਬਾ ਕੀਤਾ ਅਤੇ ਉਹ ਦੇਖਿਆ ਕਿ ਕਿਹੜੀ ਵਰਾਇਟੀ ਕਿੰਨ ਕਦੋਂ ਲਾਈਏ ਤਾਂ ਵੱਧ ਝਾੜ ਦਿੰਦੀ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਅੱਜ 15 ਜੂਨ 2024 ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ 19-20 ਜੂਨ ਦੇ ਨੇੜੇ ਪ੍ਰੀ ਮਾਨਸੂਨ ਬਰਸਾਤ ਹੋਣ ਦੀ ਸੰਭਾਵਨਾ ਹੈ। ਜੇ ਕੋਈ 1-2 ਦਿਨ ਰੁਕ ਕੇ ਝੋਨਾ ਚਾਲੂ ਕਰਨਾ ਚਾਹੁੰਦਾ, ਬਰਸਾਤ ਡੀਕ ਰਿਹਾ, ਤਾਂ ਉਹ ਆਪਣਾ 20 ਦੇ ਨੇੜੇ ਆਪਣਾ ਪ੍ਰੋਗਰਾਮ ਬਣਾ ਸਕਦਾ ਹੈ। ਅਤੇ ਅਗਲੀ ਗੱਲ ਇਹ ਹੈ ਕਿ ਹੁਣ ਜਦੋਂ ਆਪਾਂ ਕੇ ਗੱਲ ਕਰਾਂਗੇ ਤਾਂ PR 131 ਦੀ ਪਨੀਰੀ 30 ਦਿਨ ਦੀ ਬਜਾਏ 35 ਦਿਨ ਦੀ ਤਿਆਰ ਹੁੰਦੀ ਹੈ। ਜਿਹੜੇ ਕਿਸਾਨ ਵੀਰਾਂ ਦੀ ਪਨੀਰੀ ਜਿਵੇਂ ਤਿਆਰ ਹੋ ਰਹੀ ਹੈ, ਆਪਣਾ ਉਸ ਹਿਸਾਬ ਨੂੰ ਲਾਉਣ ਦੀ ਕੋਸ਼ਿਸ਼ ਕਰਨ। ਅਤੇ ਬਾਕੀ ਜੇਕਰ ਅਸੀਂ ਹੁਣ ਸਹੀ ਟਾਈਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਪੰਜਾਬ ਖੇਤੀਬਾੜੀ ਦੇ ਮਾਹਰ ਡਾਕਟਰ ਬੂਟਾ ਸਿੰਘ ਢਿੱਲੋਂ ਹੋਣੀ ਕੀ ਕਹਿੰਦੇ ਨੇ ਇਹਨਾਂ ਦੇ ਨਾਲ, ਕਿਸਾਨਾਂ ਦਾ ਤਜਰਬਾ ਕੀ, ਇਹ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਖੇਤਾਂ 'ਚ ਕੀ ਨਿਕਲਿਆ, ਉਹ ਗੱਲ ਵੀ ਆਪਾਂ ਇੱਥੇ ਨਾਲ ਕਰਨ ਲੱਗੇ ਹਾਂ। ਤਾਂ ਫਤਿਹ ਦੀ ਸਾਂਝ ਪਾਉਣੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ PR 126 ਝੋਨੇ ਦੀ। PR 126 ਝੋਨਾ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇ ਅਸੀਂ ਬਾਹਲਾ ਪਛੇਤਾ ਕਰ ਦਿੰਦੇ ਹਾਂ ਅਤੇ ਉਹਦਾ ਜਿਹੜਾ ਹੈਗਾ ਉਹਦੇ ਵਿੱਚੋਂ ਨਮੀ ਨਹੀਂ ਜਾਂਦੀ, ਸੈੱਲ ਨਹੀਂ ਜਾਂਦੀ, ਅਤੇ ਪਿਛਲੇ ਸਾਲ ਕਿਸਾਨਾਂ ਨੂੰ ਪਤਾ ਹੈ ਕਿ ਪਛੇਤਾ ਝੋਨਾ ਉਹਨਾਂ ਨੇ ਵੱਟਾ ਦੇ ਕੇ ਵੇਚਿਆ, ਤਾਂ ਫਿਰ ਸਹੀ ਟਾਈਮ ਕੀ ਹੈ PR 126 ਝੋਨਾ ਖੇਤ ਦੇ ਵਿੱਚ ਲਾਉਣ ਦਾ? ਤਾਂ ਪਹਿਲਾਂ ਇਹੀ ਦੇਖੋ ਕਿ ਇਹ ਮਾਹਰ ਕੀ ਕਹਿੰਦੇ ਹੈ। ਮਾਹਰ ਸਾਫ਼ ਅਤੇ ਸਪਸ਼ਟ ਕਹਿੰਦੇ ਹੈ ਵੀ ਜਿਹੜਾ ਤਾਂ 126 15 ਜੂਨ ਨੂੰ ਲਾ ਲਿਆ ਉਹ ਤਾਂ ਰਹਿ ਗਿਆ 74 ਮਣ ਕਿੱਲੇ 'ਤੇ, 25 ਜੂਨ ਵਾਲਾ ਚਲਾ ਗਿਆ ਤੁਹਾਡਾ 86-87 ਮਣ 'ਤੇ, 5 ਜੁਲਾਈ ਵਾਲਾ ਤੁਹਾਡਾ ਚਲਾ ਗਿਆ 94 ਮਣ ਦੇ ਨੇੜੇ, ਅਤੇ 15 ਜੁਲਾਈ ਵਾਲਾ ਫਿਰ ਘੱਟ ਗਿਆ 90 ਮਣ ਦੇ ਨੇੜੇ, ਅਤੇ ਜਿਵੇਂ ਜਿਵੇਂ ਪਛੇਤਾ ਕਰੀ ਜਾਓਗੇ ਉਵੇਂ ਉਵੇਂ ਝਾੜ ਘਟੀ ਜਾਊਗਾ। ਤਾਂ ਫਿਰ ਪੂਰਾ ਝਾੜ ਕਦੋਂ ਦਿੱਤਾ? ਜਿਹੜਾ 5 ਜੁਲਾਈ ਨੂੰ ਲਾਇਆ ਸੀ। ਹੁਣ ਕਈ ਕਿਸਾਨ ਵੀਰ ਕਹਿਣਗੇ ਮੈਂ 5 ਜੁਲਾਈ ਨੂੰ ਕਿਵੇਂ ਲਾ ਲਊ ਸਾਰਾ ਪੰਜਾਬ? ਸਾਰਾ ਪੰਜਾਬ 5 ਜੁਲਾਈ ਨੂੰ ਨਹੀਂ ਲਾਉਂਦਾ ਹੁੰਦਾ, ਗੱਲ ਇਹ ਸੋਚਣ ਵਾਲੀ ਹੁੰਦੀ ਹੈ ਕਿ ਜੇ 5 ਜੁਲਾਈ ਤੋਂ 25 ਜੂਨ ਨੂੰ ਚੱਲੋਗੇ ਪਿਛਾਹ ਨੂੰ ਤਾਂ ਝਾੜ ਘੱਟਦਾ ਹੈ, ਜੇ 5 ਜੁਲਾਈ ਤੋਂ 15 ਜੁਲਾਈ ਵਾਲੇ ਪਾਸੇ ਨੂੰ ਜਾਓਗੇ ਝਾੜ ਘੱਟਦਾ ਹੈ, ਜੇ 15 ਜੁਲਾਈ ਤੋਂ ਅੱਗੇ ਜਾਓਗੇ ਝਾੜ ਫਿਰ ਘੱਟਦਾ ਹੈ। ਤਾਂ ਫਿਰ ਇਹਨਾਂ ਦੇ ਅਨੁਸਾਰ 5 ਜੁਲਾਈ ਤੋਂ 15 ਜੁਲਾਈ ਬੈਸਟ ਟਾਈਮ ਹੋ ਗਿਆ। ਜਿਹੜੀ ਕਿਸਾਨਾਂ ਦੀ ਫੀਡਬੈਕ ਹੈ 5 ਜੁਲਾਈ ਤੋਂ 10 ਜੁਲਾਈ ਦੇ ਵਿਚਕਾਰ ਉਹਨਾਂ ਦਾ ਕਹਿਣਾ ਕਿ PR 126 ਸਿਰੇ ਦਾ ਝਾੜ ਦਿੰਦਾ ਹੈ। ਤਾਂ ਫਿਰ ਅਸੀਂ ਕਿਸਾਨਾਂ ਵਾਲਾ 5 ਤੋਂ 10 ਜੁਲਾਈ ਕਰ ਲਈਏ ਅਤੇ ਯੂਨੀਵਰਸਿਟੀ ਵਾਲਾ 5 ਤੋਂ 15 ਜੁਲਾਈ ਕਰ ਲਈਏ, ਆਪਾਂ ਪੂਰੇ ਨੂੰ ਚੱਕ ਲਈਏ, ਤਾਂ ਸਾਫ਼ ਅਤੇ ਸਪਸ਼ਟ ਹੈ ਕਿ ਜਿਹੜਾ 5 ਜੁਲਾਈ ਵਾਲਾ ਹੈ ਤੁਸੀਂ 25 ਦਿਨ ਦੀ ਪਨੀਰੀ 26 ਦੀ ਲਾਓਗੇ, ਤਾਂ ਇਹਦਾ ਮਤਲਬ ਕਿ 10 ਜੂਨ, 15 ਜੁਲਾਈ ਦੇ ਲਈ 25 ਦਿਨ ਦੀ ਪਨੀਰੀ ਕਦੋਂ ਬੀਜੋਗੇ ਤੁਸੀਂ? 20 ਜੂਨ। ਤਾਂ ਫਿਰ 26 ਝੋਨੇ ਦੀ ਪਨੀਰੀ 10 ਜੂਨ ਤੋਂ ਲੈ ਕੇ 20 ਜੂਨ ਦੇ ਵਿਚਕਾਰ ਆਪਣੀ ਬੀਜੀਏ, ਤਾਂ ਉਹ ਅੱਗੇ ਆਪਾਂ 5 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿਚਕਾਰ ਲਾਈਏ, ਤਾਂ ਅਸੀਂ ਵੱਧ ਤੋਂ ਵੱਧ ਝਾੜ ਲੈ ਸਕਦੇ ਹਾਂ। ਤਾਂ ਆਸ ਚੀਜ਼ ਦੇ ਲਈ ਆਪਾਂ ਨੂੰ ਇਹ ਧਿਆਨ ਰੱਖਣਾ ਪਏਗਾ ਕਿ 20 ਜੂਨ ਤੋਂ ਪਹਿਲਾਂ ਪਹਿਲਾਂ ਫਿਰ ਆਪਾਂ 126 ਦੀ ਪਨੀਰੀ ਬੀਜ ਦਈਏ, ਤਾਂ ਸਾਡੇ ਲਈ ਚੰਗੀ ਗੱਲ ਹੈ। ਹੁਣ ਆ ਜਾਓ PR 131 'ਤੇ।
PR 131 ਦਾ ਜੇ ਤੁਸੀਂ ਚਾਰਟ ਦੇਖਦੇ ਹੋ ਤਾਂ PR 131 ਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਇਹਨੂੰ 15 ਜੂਨ ਨੂੰ ਲਾਉਂਦੇ ਹੋ ਤਾਂ 92 ਮਨ ਦੇ ਜਿਹੜੇ ਝਾੜ ਆਉਂਦਾ ਹੈ, 25 ਜੂਨ ਦਾ 95 ਮਨ ਦੇ ਜਿਹੜੇ ਝਾੜ ਹੈ, 5 ਜੁਲਾਈ 87 ਮਨ ਹੈ, 15 ਜੁਲਾਈ 80 ਮਨ ਹੈ। ਤਾਂ ਪਹਿਲੀ ਗੱਲ, ਜੇ 15 ਜੂਨ ਦੇ ਨਾਲੋਂ 25 ਜੂਨ ਦਾ ਝਾੜ ਵੱਧ ਹੈ ਤਾਂ ਅਸੀਂ 10 ਦਿਨ ਪਹਿਲਾਂ ਕਾਹਤੋਂ ਖਪਣਾ ਹੈ, ਤਾਂ ਹੁਣ ਵੱਖਰੀ ਗੱਲ ਆ। ਜਿਹੜੀ ਪਨੀਰੀ ਤਿਆਰ ਹੋਣ ਲਾਉਣੀ ਪਏਗੀ, ਪਰੰਤੂ ਧਿਆਨ ਰੱਖੋ ਅੱਗੇ ਤੋਂ 35 ਦਿਨ ਦੀ ਪਨੀਰੀ ਖੇਚ ਲੱਗ ਜੇ ਕੋਈ ਦਿੱਕਤ ਨਹੀਂ, 5 ਦਿਨ ਲੇਟ ਕਰਨੀ ਚਾਹੋ ਕਰ ਸਕਦੇ ਹੋ। ਤਾਂ ਹੁਣ 25 ਜੂਨ ਤੁਹਾਡਾ ਬੈਸਟ ਹੈ ਝਾੜ ਦੇ ਲਈ। 5 ਜੁਲਾਈ ਨੂੰ ਭਾਵੇਂ ਥੋੜ੍ਹਾ ਝਾੜ ਘੱਟਦਾ ਹੈ, ਤੁਸੀਂ 25 ਜੂਨ ਤੋਂ 1 ਜੁਲਾਈ ਤੱਕ ਬੈਸਟ ਟਾਈਮ ਰੱਖ ਸਕਦੇ ਹੋ। ਮੈਂ ਕਹਾਂਗਾ ਕਿ 5 ਜੁਲਾਈ ਨੂੰ ਜਾਂ 'ਚ ਵੀ ਤੁਹਾਡਾ ਨਫਾ ਹੈ, ਕਿਉਂਕਿ ਭਾਵੇਂ ਕਿ ਉੱਥੇ ਝਾੜ ਥੋੜ੍ਹਾ ਘੱਟਦਾ ਥੋੜ੍ਹਾ, ਪਰੰਤੂ ਉਹਦੇ ਨਾਲ ਤੁਹਾਡਾ ਫਾਇਦਾ ਹੀ ਹੁੰਦਾ ਹੈ ਕਿ ਜਿਵੇਂ ਤੁਸੀਂ ਪਿਛਲੇ ਸਾਲ ਦੇਖਿਆ ਸੀ ਕਿ ਤੁਹਾਡੇ ਬੌਣਾ ਰੋਗ ਆ ਗਿਆ, 20-20 ਮਨ ਵੀ ਨਹੀਂ ਲੋਕਾਂ ਦੇ ਪੱਲੇ ਪਿਆ, ਜਦੋਂ 20 ਮਨ ਵੀ ਨਹੀਂ ਕਿੱਲੇ 'ਚ ਪੱਲੇ ਪਿਆ, ਅਤੇ ਉਹ ਇਹ ਦੇਖਿਆ ਗਿਆ ਸੀ ਜਿਹੜੇ ਕਿਸਾਨ ਵੀਰਾਂ ਨੇ 25 ਜੂਨ ਤੋਂ ਬਾਅਦ ਦੇ ਵਿੱਚ ਝੋਨਾ ਖੇਤਾਂ 'ਚ ਲਾਇਆ ਸੀ ਉਹਨਾਂ ਦੇ ਖੇਤਾਂ 'ਚ ਰਾਹਤ ਮਿਲੀ ਸੀਗੀ। ਤਾਂ ਇਸ ਕਰਕੇ ਫਿਰ ਸਾਨੂੰ ਆਹ ਪੁਆਇੰਟ ਇੱਥੇ ਜਿਹੜਾ ਹੈਗਾ ਗੌਰ ਕਰਨਾ ਪਊਗਾ। ਅਗਲੀ ਗੱਲ PR 121, PR 121 ਵੀ ਇਹਨਾਂ ਨੇ 25 ਜੂਨ ਦੇ ਨੇੜੇ ਝਾੜ ਵੱਧ ਦੀ ਗੱਲ ਕੀਤੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈਗਾ ਹੈ ਕਿ ਜਿੰਨੀਆਂ ਵੀ ਆਪਣੀਆਂ PR ਵਰਾਇਟੀਆਂ ਹੈ, ਜੇ ਅਸੀਂ ਇਹਨਾਂ ਦਾ ਬੈਸਟ ਝਾੜ ਦੀ ਗੱਲ ਕਰੀਏ ਤਾਂ ਉਹ ਸਾਡਾ ਝਾੜ ਆਉਂਦਾ ਹੈਗਾ 25 ਜੂਨ ਦੇ ਤੋਂ ਲੈ ਕੇ 1 ਜੁਲਾਈ ਦੇ ਵਿਚਾਲੇ, 26 ਦੇ ਲਈ ਥੋੜ੍ਹਾ ਅਲੱਗ ਹੋ ਗਿਆ। ਹੁਣ ਆ ਇੱਕ ਇਹਨਾਂ ਨੇ ਝਾੜ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਲਵਾਈ ਲੇਟ ਹੋਈ ਹੈ ਉਹਦੇ ਨਾਲ ਝਾੜ ਵਧਿਆ ਹੈ, ਉਹਦੇ ਨਾਲ ਝਾੜ ਵਧਿਆ ਹੈ। ਭਾਵੇਂ ਕਿ ਅਸੀਂ ਇਹ 2023 ਦੇ ਝਾੜ ਨੂੰ ਮੈਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੋਵਾਂਗਾ, ਕਿਉਂਕਿ 2023 ਦਾ ਇਹ ਮੌਸਮ ਹੀ ਇਹੋ ਜਿਹਾ ਸੀਗਾ ਕਿ ਬੰਪਰ ਝਾੜ ਆਏ ਸੀਗੇ, ਪਰੰਤੂ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਮੰਨੋਗੇ ਕਿ ਜੇ 13 ਜੂਨ ਨੂੰ ਝੋਨਾ ਲੱਗਦਾ ਹੈਗਾ ਅਤੇ 10 ਜੂਨ ਨੂੰ ਝੋਨਾ ਲੱਗਦਾ ਹੈਗਾ, ਤਾਂ ਇਹ ਜਿਹੜੀਆਂ ਤਰੀਕਾਂ ਨੇ ਇਹਦੇ ਵਿੱਚ ਤੁਹਾਡੇ ਮੈਕਸੀਮਮ ਝਾੜ ਆਏ ਹੈ। ਕਹਿਣ ਦਾ ਮਤਲਬ ਇਹ ਕਿ ਇਹ ਨਹੀਂ ਕਿ ਸਾਰੇ ਪੰਜਾਬ ਨੇ 10 ਜੂਨ ਨੂੰ ਜਾਂ ਲਾ ਲਿਆ ਹੋਊਗਾ, ਤਾਂ ਪੰਜਾਬ ਨੇ ਥੋੜ੍ਹਾ ਪਛੇਤਾ ਕੀਤਾ ਝੋਨਾ। ਜਦੋਂ ਅਸੀਂ ਗੇਤਾ ਝੋਨਾ ਕਰਦੇ ਸੀਗੇ ਉਦੋਂ ਜਿਹੜਾ ਹੈਗਾ ਝਾੜ ਘੱਟਦੇ ਹੈ, ਪਰੰਤੂ ਜਿਵੇਂ ਜਿਵੇਂ ਜਿਹੜਾ ਹੈਗਾ ਇਹਨਾਂ ਨੇ ਡੇਟਾਂ ਦੇ ਵਿੱਚ ਚੇਂਜ ਕੀਤੀ ਹੈ, ਕੁਛ 14 ਨੂੰ ਕਰਤੀ, ਕੁਛ 17 ਨੂੰ ਕਰਤੀ, ਬਲਕਿ 2-2, 4-4 ਦਿਨ ਦਾ ਫਰਕ ਪੈਂਦਾ ਗਿਆ, ਝੋਨਾ ਪਛੇਤਾ ਹੁੰਦਾ ਗਿਆ, 2-2, 4-4 ਦਿਨ ਦੇ ਨਾਲ ਹੀ ਝਾੜ ਵਧਿਆ ਹੈ। ਭਾਵੇਂ ਤੁਹਾਡਾ 64.7 ਹੀ ਗਿਆ ਉਹ, ਪਰੰਤੂ ਝਾੜ ਤੁਹਾਡਾ ਵਧਿਆ ਹੈਗਾ, ਇਹ ਚੀਜ਼ ਤੁਹਾਨੂੰ ਮੰਨਣੀ ਪਵੇਗੀ। ਹੁਣ ਇੱਕ ਗੱਲ ਹੋਰ ਕਿਸਾਨ ਵੀ ਨੋਟ ਕਰਨਗੇ, ਕਿਉਂਕਿ ਮੈਂ ਬਾਰ ਬਾਰ ਇੱਕੋ ਗੱਲ ਕਹਿ ਰਿਹਾ ਕਿ ਭਾਈ ਇਸ ਸਾਲ ਇਹ ਦੇਖਿਆ ਗਿਆ ਕਿ ਝੋਨੇ ਦੇ ਉੱਪਰਲੇ ਪਾਸੇ ਚਿੱਟੀ ਪਿੱਠ ਵਾਲਾ ਟਿੱਡਾ ਮੌਜੂਦ ਹੈ। ਕੱਲ੍ਹ ਮੈਂ ਫਿਰੋਜ਼ਪੁਰ ਦੇ ਧੀਰਾ ਪੱਤਰਾ ਪਿੰਡ ਦੀ ਇੱਕ ਵੀਡੀਓ ਪਾਈ ਸੀ ਜਿੱਥੇ ਪਨੀਰੀ ਦੇ ਵਿੱਚ ਇਹ ਦੇਖਣ ਨੂੰ ਸਾਨੂੰ ਮਿਲਿਆ। ਇਸ ਲਈ ਆਪਦੇ ਖੇਤ ਦੇ ਵਿੱਚ ਜੇਕਰ ਜ਼ਰੂਰਤ ਹੈ ਤਾਂ ਸਪਰੇਅ ਕਰੋ, ਤੇਲੇ ਵਾਲੀ ਸਪਰੇਅ ਕਰਕੇ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਹੈਗਾ ਉਹਨੂੰ ਖਤਮ ਕਰਨ ਦਾ ਯਤਨ ਕਰੋ। ਅਤੇ ਵੱਡੀ ਗੱਲ ਇਹ ਹੈਗੀ ਹੈ ਕਿ ਜਿਵੇਂ ਜਿਵੇਂ ਤੁਸੀਂ ਝੋਨਾ ਥੋੜ੍ਹਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀਆਂ ਵਰਾਇਟੀਆਂ ਵਰਤਦੇ ਹੋ, ਇਹ ਘੱਟ ਸਮੇਂ ਵਾਲੀਆਂ ਕਿਸਮਾਂ ਨੂੰ 5-9 ਪਾਣੀ ਘੱਟ ਲੱਗਦੇ ਹੈ, ਅਤੇ ਨਾਲ ਹੀ ਜਿਹੜਾ ਹੈਗਾ ਬਰਸਾਤ ਵੀ ਚਾਲੂ ਹੋ ਜਾਂਦੀ ਹੈ, ਜਿਹਦੇ ਕਰਕੇ ਸਾਡੇ ਲਈ ਲਾਹੇਵੰਦ ਸਾਬਤ ਹੁੰਦਾ ਹੈ। ਹਾਂ, ਜਿਹੜੇ ਕਿਸਾਨ ਵੀਰਾਂ ਨੇ ਜ਼ਿਆਦਾ ਪੈਲੀ ਲਾਉਣੀ ਹੈ, ਦੇਖੋ ਉਹਨਾਂ ਦੀ ਤਾਂ ਮਜਬੂਰੀ ਹੁੰਦੀ ਹੈ ਕਿ ਇੱਕ ਦਿਨ ਝੋਨਾ ਲੱਗ ਨਹੀਂ ਜਾਣਾ, ਅਤੇ ਉਹਨਾਂ ਨੂੰ ਸ਼ੁਰੂ ਟਾਈਮ ਨਾਲ ਕਰਨਾ ਪੈਂਦਾ ਹੈ, ਅਤੇ ਛੋਟੇ ਕਿਸਾਨ ਨੂੰ ਜਿਹੜਾ ਹੈਗਾ ਆਪਣਾ ਥੋੜ੍ਹਾ ਜਿਹਾ ਉਸ ਹਿਸਾਬ ਨਾਲ ਮੈਨੇਜ ਕਰ ਲੈਣਾ ਚਾਹੀਦਾ। ਪਰੰਤੂ ਮੈਂ ਸਮਝਦਾ ਹਾਂ ਕਿ ਛੋਟੇ ਕਿਸਾਨ ਨੂੰ ਹੋਰ ਵੱਡਾ ਪੰਗਾ ਇਹ ਹੁੰਦਾ ਕਿ ਉਹਦੇ ਲਈ ਲੇਬਰ ਦੀ ਉਪਲਬਧਤਾ ਉਸ ਹਿਸਾਬ ਦੇ ਨਾਲ ਨਹੀਂ ਹੋ ਪਾਉਂਦੀ,
ਪਰੰਤੂ ਫਿਰ ਵੀ ਜਿੰਨੇ ਕੁ ਸਾਡੇ ਕੋਲ ਸੰਸਾਧਨ ਨੇ ਉਹਨਾਂ ਸੰਸਾਧਨਾਂ ਦਾ ਵੱਧ ਤੋਂ ਵੱਧ ਉਪਯੋਗ ਕਰਦੇ ਹੋਏ ਜਿੰਨਾ ਅਸੀਂ ਵੱਧ ਤੋਂ ਲਾਭ ਲੈ ਸਕਦੇ ਹਾਂ ਉਸ ਤਰੀਕੇ ਦੇ ਨਾਲ ਸਹੀ ਤਰੀਕੇ ਨਾਲ ਸਹੀ ਫੈਸਲਾ ਲੈ ਕੇ ਆਪਣੇ ਝਾੜ ਵਧਾਉਣੇ ਚਾਹੀਦੇ ਆ। ਪਰਮਾਤਮਾ ਸਭ ਦਾ ਭਲਾ ਕਰੇ। ਮਿਹਰਬਾਨੀ ਦੋਸਤੋ, ਧੰਨਵਾਦ ਦੋਸਤੋ।